पापड़ा दा बाणवा दा 2 टन 2.5 टन बस 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 ए कितने फुट लंबा है ए 32 फुट कितना किराया लागवे सी वापसी दा लाग जांदा 30,000 अच्छा जी हां ते उदू ਉਧਰ ਲਾ ਜਾਂਦਾ 65,000 ਅਸਲਾਮ ਅਲੈਕੁਮ ਦੋਸਤੋ ਕੀ ਹਾਲ ਚਾਲ ਠੀਕ ਹੋ ਮੈਂ ਤੁਹਾਡਾ ਵੀਰਾ ਇਮਰਾਨ ਖਾਨ ਤੇ ਤੁਸਵੇਦ ਪੇ ਮੇਰਾ ਯੂਟਿਊਬ ਚੈਨਲ ਇਮਰਾਨ ਮਾਨੂ ਉਮੀਦ ਕਰੇ ਸਾਰੇ ਵੀਰਾ ਠੀਕ ਹੋ ਜਨਾਬ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਜਿਵੇਂ ਕਿ ਤੁਹਾਨੂੰ ਪਤਾ ਕਿ ਮਾਰੋ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਇਸ ਤਰ੍ਹਾਂ ਇੱਕ ਛੋਟੀ ਜਿਹੀ ਵੀਡੀਓ ਦੇ ਨਾਲ ਹਾਜ਼ਰ ਹਾਂ ਵੀਰਾਂ ਦੀ ਖਿਦਮਤ ਹੈ ਤੇ ਅੱਜ ਇੱਕ ਨਵੀਂ ਜਿਹੀ ਵੀਡੀਓ ਦੇ ਨਾਲ ਹਾਜ਼ਰ ਹਾਂ ਇਹ ਗੱਡੀ ਮੈਨੂੰ ਮਿਲੀ ਇੱਥੇ ਪਿਸ਼ਾਵਰ ਜਿਵੇਂ ਕਿ ਕੱਲ੍ਹ ਮੈਂ ਇੱਕ 10 ਵੀਲਰ ਦੀ ਗੱਡੀ ਦੀ ਵੀਡੀਓ ਬਣਾਈ ਆਈ ਉੱਥੇ ਖਲੀ ਤੇ ਮੈਂ ਕਿਹਾ ਚਲੋ ਇਹਦੀ ਵੀਡੀਓ ਬਣਾ ਲਈਏ ਇਹ ਲੰਮੀ ਬਹੁ ਹੈ ਵੇ ਕੰਟੇਨਰ ਇਹ ਮਸਦਾ ਛੋਟਾ ਤੇ ਬੜਾ ਵੱਡਾ ਇਸਤੇ ਕੰਟੇਨਰ ਬਣਿਆ ਹੋਇਆ ਇਹਨਾਂ ਦੇ ਕੋਲ ਮਾਲੂਮਾਤ ਲੈਣਾ ਇਹਨਾਂ ਜੋ ਏਡੀ ਲੰਮੀ ਗੱਡੀ ਬਣਾਈ ਹੈ ਤੇ ਜਿਹੜਾ ਵੱਡਾ ਕੰਟੇਨਰ ਰੱਖਿਆ ਨੇ ਤੇ ਇਹਦੇ ਵਿੱਚ ਕੀ ਖਾਸੀਅਤ ਹੈ ਯਾਨੀ ਕਿ ਕੀ ਵਜ੍ਹਾ ਹੈ ਇਹਨੂੰ ਵੱਡਾ ਕਰਾਉਣ ਦੇ ਲੰਮੇ ਇਹਦੇ ਕੇ ਸ਼ਲੋਡ ਕਰਦੇ ਨੇ ਸਾਰੀ ਮਾਲੂਮਾਤ ਲੈ ਕੇ ਵੀਰਾਂ ਨਾਲ ਸ਼ੇਅਰ ਕਰਦਾ ਹਾਂ ਸਾਡੇ ਨਾਲ ਵੀਰਾਂ ਹੋਰ ਖਲੋਤੇ ਇਹਨਾਂ ਦੇ ਕੋਲ ਪੁੱਛਣਾ ਹੈ ਕਿੱਥੋਂ ਕਿੱਥੇ ਚੱਲਦੇ ਨੇ ਤੇ ਇਸ ਗੱਡੀ ਦੀ ਕੋਈ ਰੋਜ਼ੀ ਹੈ ਜਾਂ ਨਹੀਂ ਹੈ ਜੇ ਇਹ ਗੱਡੀ ਕਿਤਨਾ ਦੀ ਹੈ ਅਸਲਾਮ ਅਲੈਕੁਮ ਸਰ ਜੀ ਵਾਲੇਕੁਮ ਸਲਾਮ ਸਰ ਜੀ ਕੀ ਹਾਲ ਚਾਲ ਠੀਕ ਹੋ ਸ਼ੁਕਰ ਅੱਲਾ ਪਾਕ ਜੀ ਕੀ ਨਾਮ ਹੈ ਆਪਣਾ ਕਾਸ਼ਫ ਅਲੀ ਕਾਸ਼ਫ ਅਲੀ ਕਿਹੜੀ ਜਗ੍ਹਾ ਤੋਂ ਹਰੂਨਾਬਾਦ ਤੋਂ ਹਰੂਨਾਬਾਦ ਮਾਸ਼ਾਅੱਲਾ ਸਹੀ ਕਿਤਨਾ ਸੌ ਗਏ ਨੇ ਡਰਾਈਵਰੀ ਕਰ ਰਹੇ ਹੋ 1 ਸਾਲ ਹੋ ਗਿਆ ਜੀ 1 ਸਾਲ ਪਹਿਲੇ ਕਿਹੜੀ ਗੱਡੀ ਚਲਾਈ ਵੀਰ ਇਹੀ ਅੱਛਾ ਕੰਪਨੀ ਦੀ ਗੱਡੀ ਚਲਾ ਰਹੇ ਜੀ ਪਹਿਲੇ ਕੋਈ ਗੱਡੀ ਚਲਾਈ ਹੈ ਜਾਂ ਇਹ ਚਲਾਈ ਨਹੀਂ ਨਹੀਂ ਇਹੀ ਇਹ ਕੈਲੰਡਰੀ ਸਿਲੰਡਰੀ ਨਾ ਤੇ ਕੀਤੀ ਹਾਂਜੀ ਇਹਨੇ ਤੇ ਅੱਛਾ ਇਹ ਦੱਸ ਬਈ ਇਹ ਗੱਡੀ ਏਡੀ ਲੰਮੀ ਕਿਉਂ ਕਾਰ ਛੋੜੀ ਨੇ ਇਹ ਸਾਜੀ ਬਸ ਹੌਲਾ ਮਾਲ ਲੋਡ ਕਰਨ ਵਾਸਤੇ ਅੱਛਾ ਹੌਲਾ ਮਾਲ ਹਲਕਾ ਜੀ ਹਲਕਾ ਮਾਲ ਅੱਛਾ ਕੀ ਸ਼ੈ ਇਸ ਤੇ ਲੋਡ ਕਰਨੇ ਇਹ ਪਾਪੜ ਫੋਮ ਅੱਛਾ ਇਸ ਤਰ੍ਹਾਂ ਪੈਂਪਰ ਵਗੈਰਾ ਹੋ ਗਿਆ ਬੱਚੋਂ ਕੇ ਹਾਂ ਲੇਜ਼ ਵਗੈਰਾ ਲੇਜ਼ ਵਗੈਰਾ ਜੀ ਇਹ ਕਿੱਥੋਂ ਲੋਡ ਕਰਨੇ ਹੋ ਲਾਹੌਰ ਤੋਂ ਇਧਰ ਪਸ਼ਾਵਰ ਤੋਂ ਬੰਨੂ ਤੋਂ ਅੱਛਾ ਆਲ ਪਾਕਿਸਤਾਨ ਹੀ ਚੱਲਨੇ ਮਸਲ ਮੈਂ ਪੰਜਾਬ ਤੋਂ ਕੇਪੀ ਕੇ ਰਹੀ ਜੀ ਜੀ ਤੇ ਉਦ ਇਦੋਂ ਵਾਪਸੀ ਵਾਦ ਕੇ ਚਲਾ ਰਹੇ ਹੋ ਵਾਪਸੀ ਪਾਪੜ ਲੋਡ ਕਰਨੇ ਆ ਇਦੋਂ ਵੀ ਪਾਪੜ ਤੇ ਉਦੋਂ ਵੀ ਪਾਪੜ ਜੀ ਜੀ ਵਾਹ ਜੀ ਵਾਹ ਜ਼ਬਰਦਸਤ ਤੇ ਇਹ ਤੁਹਾਡੇ ਇੱਕ ਸਾਈਡ ਦਾ ਕਿਤਨਾ ਇੱਕ ਵਜ਼ਨ ਇਹਨਾਂ ਪਾਪੜਾਂ ਦਾ ਬਾਣਵਾ ਇਹਨਾਂ 2 ਟਨ 2.5 ਟਨ ਬਸ 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 ਤੇ ਇਹ ਕਿਤਨੇ ਫੁੱਟ ਲੰਮਾ ਹੈ ਇਹ 32 ਫੁੱਟ ਅੱਛਾ 32 ਫੁੱਟ ਲੰਮਾ ਇਹ ਮੁਸ਼ਕਲਾਤ ਨਹੀਂ ਹੁੰਦੀ ਇਹ 32 ਫੁੱਟ ਲੰਮਾ ਨੂੰ ਚਲਾਉਣ ਵਾਸਤੇ ਨਹੀਂ ਨਹੀਂ ਕੋਈ ਮੁਸ਼ਕਲਾਤ ਨਹੀਂ ਅੱਛਾ ਖਿਚਾਈ ਸਿਚਾਈ ਗੱਡੀ ਦੀ ਬਿਹਤਰੀਨ ਬਿਹਤਰੀਨ ਕੋਈ ਮਸਲਾ ਪਰੇਸ਼ਾਨੀ ਕੋਈ ਨਹੀਂ ਨਹੀਂ ਕੋਈ ਚਲੋ ਇਹ ਗੱਡੀ ਤੁਹਾਡੇ ਜਿਹੜੇ ਪਾਪੜ ਤੁਸੀਂ ਲੋਡ ਕਰਦੇ ਹੋ ਇਹਦੇ ਇੱਕ ਮਸਾਲੇ ਤੁਸੀਂ ਹੁਣ ਪਿਸ਼ਾਵਰ ਵਿੱਚ ਵਾਪਸੀ ਲੋਡ ਕਰੋ ਜੇ ਤੁਹਾਡਾ ਕਿਤਨਾ ਕਿਰਾਇਆ ਲੱਗ ਹੋਇਆ ਸੀ ਵਾਪਸੀ ਦਾ ਲੱਗ ਜਾਂਦਾ 30,000 ਅੱਛਾ ਜੀ ਤੇ ਉਦੋਂ ਉਧਰ ਲੱਗ ਜਾਂਦਾ 65,000 65,000 ਇਹ ਤੁਹਾਡੇ ਕਿਤਨੇ ਦਿਨ ਦਾ ਚੱਕਰ ਆਉਂਦਾ ਇਹਦੇ ਕਰ ਬਣਾ ਲੱਗ ਜਾਂਦਾ ਹਫਤਾ ਇੱਕ ਹਫਤਾ ਲੱਗ ਜਾਂਦਾ ਅੱਛਾ ਹਫਤਾ ਇੱਕ ਹਫਤਾ ਤੇ ਇਹ ਤੁਸੀਂ ਪੱਕੀ ਕਿਸੇ ਕੰਪਨੀ ਨਾਲ ਲਾਈ ਹੋਈ ਜਾਂ ਬਸ ਅੱਲਾ ਦੇ ਆਸਰੇ ਤੇ ਅੱਡੇ ਤੇ ਆ ਕੇ ਖੜੋ ਹੋ ਗਿਆ ਤੇ ਅਗਰ ਮਾਲ ਮਿਲ ਗਿਆ ਤਾਂ ਠੀਕ ਹੈ ਨਹੀਂ ਤਾਂ ਨਹੀਂ ਤਾਂ ਨਹੀਂ ਅੱਲਾ ਵਾਰਸ ਬਸ ਅੱਲਾ ਵਾਰਸ ਪ੍ਰਾਈਵੇਟ ਲਾਈ ਹੋਈ ਹੈ ਪ੍ਰਾਈਵੇਟ ਹੈ ਅੱਡੇ ਤੇ ਨਹੀਂ ਅੱਡੇ ਤੇ ਚੱਕ ਸਕਦੇ ਤੇ ਮਾਲਸ਼ਾਲਾ ਸਾਨੇ ਨਾਲ ਮਿਲ ਵੈਂਦਾ ਜੀ ਜੀ ਇਹ ਹਿੱਕ ਚੱਕਰ ਦੇ ਤੁਸੀਂ ਜਿਸ ਟਾਈਮ ਆਉਂਦੇ ਤੇ ਤੁਹਾਡੀ ਗੱਡੀ ਤਕਰੀਬਨ ਕਿਤਨੇ ਪੈਸੇ ਕਮਾਉਂਦੀ ਹੋ ਸੀ ਉਧਰੋਂ ਆਣ ਤੇ ਬਚਾ ਜਾਂਦੀ ਕੋਈ 20,000 ਰੁਪਿਆ 20,000 ਜੀ ਤੇ ਵਾਪਸੀ ਵਾਲਾ ਵਾਦ ਖਰਚਾ ਵਾਪਸੀ ਤੋਂ ਖਰਚਾ ਹੋ ਜਾਂਦਾ ਬਨਾਮ ਹੋ ਜਾਂਦੀ 5-6,000 ਅੱਛਾ 5-6,000 ਉਲਟਾ ਬਨਾਮ ਹੋ ਜਾਂਦੀ ਬਨਾਮ ਹੋ ਜਾਂਦੀ ਯਾਨੀ ਕਿ 20,000 ਰੁਪਏ ਚੱਕਰ ਨਾਲ ਬਚਾਈਂਦੇ ਹਾਂਜੀ ਤੇ ਇਹ ਮਗਰ ਕਿਸੇ ਸਾਡੇ ਹੋਰ ਬਿਰਾ ਗੱਡੀ ਬਣਾਉਣੀ ਇਸ ਦੇ ਨਾਲ ਦੀ ਤੇ ਮਹੀਨੇ ਦੇ ਕੋਈ ਕਿਤਨੇ ਪੈਸੇ ਕਮਾ ਲੈਂਦੇ ਕੋਈ ਥੋੜੇ ਜਿਹਾ ਮਾਲੂਮਾਤ ਦੇ ਦੇ ਮਹੀਨੇ ਦਾ ਕਮਾ ਲੈਂਦੇ ਨੇ ਤਕਰੀਬਨ 2-2.5 ਲੱਖ 2-2.5 ਲੱਖ ਰੁਪਏ ਕਮਾ ਲੈਂਦੇ ਜੀ ਸਹੀ ਚੱਕਰ ਬੰਦਾ ਮਾਣ ਕੇ ਲਾਦਾ ਸਹੀ ਚਲੋ ਸਹੀ ਹੋਰ ਕੋਈ ਪੈਗਾਮ ਦੇਣਾ ਚਾਹੋ ਸਾਡੇ ਵੀਰਾਂ ਨੂੰ ਸਾਡੇ ਦੋਸਤਾਂ ਨੂੰ ਜਿਹੜੇ ਵੀਡੀਓ ਵੇਖਣ ਵਾਲੇ ਬਸ ਮਿਹਰਬਾਨੀ ਸ਼ੁਕਰੀਆ ਕੋਈ ਪੈਗਾਮ ਜਿਹੜਾ ਤੁਹਾਡੇ ਨਾਲ ਕਦੀ ਕੋਈ ਵਾਕਿਆ ਪੇਸ਼ ਆਇਆ ਵਾਕਿਆ ਹੀ ਪੇਸ਼ ਆਉਂਦਾ ਕਿ ਮੋਟਰਵੇ ਪੁਲਿਸ ਜਿਹੜੀ ਹੈ ਬਹੁਤ ਤੰਗ ਕਰਦੀ ਸਾਨੂੰ ਉਸ ਤੇ ਤੈਨੂੰ ਤੰਗ ਕਰਨਾ ਕਿਉਂਕਿ ਗੱਡੀ ਤੂੰ ਆਪਣੀ ਵੇਖ ਕਿੰਨੀ ਲੰਮੀ ਕੀਤੀ ਹੋਣਾ ਉਸ ਤੇ ਤੈਨੂੰ ਤੰਗ ਕਰਨਾ ਕਿ ਯਾਰ 500 ਦਾ ਚਲਾਨ ਕਰੇ ਯਾਨੀ 1500 3-3 ਹਜ਼ਾਰ 100 ਤੋਂ ਥੱਲੇ ਆਉਂਦੇ ਨਹੀਂ ਨਹੀਂ ਜੀ ਸਾਡਾ ਵੀਰਾ ਮੋਟਰ ਵਾਲਿਆਂ ਦੀ ਸ਼ਿਕਾਇਤ ਕਰਦਾ ਪਿਆ ਤੇ ਗੱਲ ਇਹ ਵੀ ਸੱਚਾ ਵਿਚਾਰਾ ਕਿਉਂਕਿ ਉਲਟਾ ਪਿਆ ਤਾਂ 5-6 ਹਜ਼ਾਰ ਰੁਪਏ ਮੇਰੀ ਗੱਡੀ ਬਣਾ ਮੁੱਕ ਚੱਕਰ ਨਾਲ ਬੱਚੀ ਕਾਸ਼ਾ ਕੋਈ ਨਹੀਂ ਤੇ ਮੋਟਰ ਵਾਲੇ ਕੋਈ ਸੱਚਣ ਕਿਉਂਕਿ ਗੱਡੀ ਦੋਸਤ ਉਹਦੀ 10 ਵੀਲਰ ਨਾਲੋਂ ਜ਼ਿਆਦਾ ਲੰਮੀ ਦੇ 3500 ਦਾ ਹੀ ਹੈ ਤੇ ਹੋਰ ਕੋਈ ਸ਼ਿਕਾਇਤ ਤੁਹਾਨੂੰ ਹੋਵੇ ਬਸ ਕੋਈ ਨਹੀਂ ਜ਼ਬਰਦਸਤ ਹੈ ਫੈਟ ਕੋਈ ਲਤੀਫਾ ਸੁਣਾਉਣਾ ਚਾਹੋ ਨਾ ਕੋਈ ਚਲੋ ਅੱਲਾ ਖੈਰ ਕਰੇ ਬੜੀ ਮਿਹਰਬਾਨੀ ਜਨਾਬ ਅੱਲਾ ਤੁਹਾਨੂੰ ਖੁਸ਼ ਰੱਖੇ ਸਾਡੇ ਵਿਰਾਨ ਪੇ ਇੱਥੇ ਮੈਨੂੰ ਹੋਟਲ ਤੋਂ ਮਿਲੇ ਇਹਨਾਂ ਦੀ ਗੱਡੀ ਮੈਂ ਵੇਖੀ ਤੇ ਥੋੜ੍ਹੀ ਕਾਫੀ ਲੰਮੀ ਆਈ ਮੈਂ ਕਿਹਾ ਚਲੋ ਇੱਕ ਵੀਡੀਓ ਬਣਾ ਲਏ ਛੋਟੇ ਜਿਹੇ ਬਿਰਾਨ ਚਲੋ ਫੈ ਕੋਈ ਮਾਲੂਮਾਤ ਹੋਵੇ ਸੀ ਅਗਰ ਕੋਈ ਬਿਰਾ ਸਾਡਾ ਸ਼ੈ ਖਾਹਿਸ਼ ਰੱਖਦਾ ਲੰਮੀ ਗੱਡੀ ਦੀ ਇਹ ਬਾਸ਼ੋ ਲੰਮੀ ਗੱਡੀ ਅੱਜ ਪੇਸ਼ ਖਿਦਮਤ ਹੈ ਭਾਈ ਓਕੇ ਅੱਲਾ ਹਾਫਿਜ਼ ਅੱਜ ਦੀ ਵੀਡੀਓ ਉਮੀਦ ਕਰਦਾ ਵੀਡੀਓ ਸਾਨੂੰ ਜ਼ਰੂਰ ਪਸੰਦ ਆਈ ਸੀ ਦੁਆਵਾਂ ਯਾਦ ਰੱਖਿਆ ਮਿਲਸ ਨਵੀਂ ਵੀਡੀਓ 'ਚ